ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ, ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ। ਇਹ ਜਿਹੜਾ ਡਿਜ਼ਾਈਨ ਹੈ, ਇਸ ਨੂੰ ਆਪਾਂ ਲੇਡੀਜ਼ ਕੋਟੀ, ਜੈਕਟ, ਲੇਡੀਜ਼ ਕਾਰਡਿਗਨ ਤੇ ਕਿਤੇ ਵੀ ਪਾ ਸਕਦੇ ਹਾਂ। ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ। ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਤੇ ਚਾਰ ਚਾਰ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਉਣੇ ਪੈਂਦੇ ਨੇ। ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਡਿਜ਼ਾਈਨ ਜਿਹੜਾ ਆਪਾਂ ਸ਼ੁਰੂ ਕਰ ਸਕਦੇ ਹਾਂ। ਬਹੁਤ ਹੀ ਸੌਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਨਾਲ ਹੀ ਬੈਲ ਆਈਕਨ ਨੂੰ ਦਬਾਉਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ। ਤੇ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਉਣਾ ਹੁਣ ਸ਼ੁਰੂ ਕਰਦੇ ਹਾਂ। ਪਹਿਲਾ ਕੁੰਡਾ ਉਤਾਰ ਲਿਆ, ਉਸ ਤੋਂ ਬਾਅਦ ਤਿੰਨ ਕੁੰਡੇ ਉਲਟੇ ਬਣਾਵਾਂਗੇ, ਇੱਕ, ਦੋ ਤੇ ਤਿੰਨ। ਤਿੰਨ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਇੱਥੇ ਇੱਕ ਜਾਲੀ ਪਾ ਲਵਾਂਗੇ। ਇੱਕ ਜਾਲੀ ਪਾ ਕੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੈ। ਫਿਰ ਉਸ ਤੋਂ ਬਾਅਦ ਧਾਗਾ ਅੱਗੇ ਕਰਾਂਗੇ, ਤਿੰਨ ਕੁੰਡੇ ਫਿਰ ਉਲਟੇ ਬਣਾਵਾਂਗੇ। ਤਿੰਨ ਕੁੰਡੇ ਉਲਟੇ, ਫਿਰ ਇੱਕ ਜਾਲੀ ਪਾ ਕੇ ਇੱਕ ਕੁੰਡਾ ਸਿੱਧਾ ਬਣਾਵਾਂਗੇ। ਇਹੀ ਚਾਰ ਕੁੰਡੇ ਜਿਹੜੇ ਆਪਾਂ ਬਾਰ ਬਾਰ ਰਿਪੀਟ ਕਰਦੇ ਜਾਣਾ ਆ। ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਤਿੰਨ ਕੁੰਡੇ ਉਲਟੇ, ਇੱਕ ਜਾਲੀ ਪਾਵਾਂਗੇ ਅਤੇ ਇੱਕ ਕੁੰਡਾ ਸਿੱਧਾ। ਇੱਥੇ ਸਾਡੇ ਕੋਲ ਇੱਕ ਕੁੰਡਾ ਜਿਹੜਾ ਉਹ ਵੱਧ ਗਿਆ ਹੈ। ਹੁਣ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਅਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲਾਂਗੇ। ਉਲਟੀ ਸਿਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ। ਪਹਿਲਾ ਕੁੰਡਾ ਉਤਾਰ ਲਿਆ, ਉਸ ਤੋਂ ਬਾਅਦ ਧਾਗਾ ਪਿੱਛੇ ਕਰ ਲਵਾਂਗੇ, ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜਿਹੜੇ ਉੱਧਰਲੀ ਵਾਲੀ ਸਾਈਡ ਤੋਂ ਆਪਾਂ ਉਲਟੇ ਬਣਾ ਰਹੇ ਸੀ। ਤਿੰਨ ਕੁੰਡੇ ਸਿੱਧੇ, ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਦੋ ਕੁੰਡੇ ਉਲਟੇ ਬਣਾਵਾਂਗੇ। ਇੱਕ ਸਾਡੇ ਕੋਲ ਸਿੱਧਾ ਕੁੰਡਾ ਸੀ ਅਤੇ ਇੱਕ ਆਪਾਂ ਜਾਲੀ ਪਾਈ ਸੀ, ਦੋਵੇਂ ਕੁੰਡੇ ਜਿਹੜੇ ਉਹ ਉਲਟੇ ਬਣਾਵਾਂਗੇ। ਫਿਰ ਧਾਗਾ ਪਿੱਛੇ ਕਰਾਂਗੇ, ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਤਿੰਨ ਕੁੰਡੇ ਸਿੱਧੇ। ਬਹੁਤ ਸੌਖਾ ਡਿਜ਼ਾਈਨ ਆ ਅਤੇ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈ। ਦੋ ਕੁੰਡੇ ਉਲਟੇ, ਤਿੰਨ ਕੁੰਡੇ ਸਿੱਧੇ। ਉਲਟੀ ਸਿਲਾਈ ਦੇ ਵਿੱਚ ਆਪਾਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਣਾ ਹੈ। ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਉਲਟਾ ਬਣਾ ਲਾਂਗੇ। ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਤੀਸਰੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਵਾਂਗੇ, ਫਿਰ ਧਾਗਾ ਅੱਗੇ ਕਰਾਂਗੇ, ਤਿੰਨ ਕੁੰਡੇ ਉਲਟੇ ਬਣਾਵਾਂਗੇ। ਇੱਕ, ਦੋ ਅਤੇ ਤਿੰਨ। ਤਿੰਨ ਕੁੰਡੇ ਉਲਟੇ ਬਣਾ ਲਏ, ਫਿਰ ਧਾਗਾ ਪਿੱਛੇ ਕਰਾਂਗੇ। ਇਹ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਹੁਣ ਆਪਾਂ ਸਿੱਧੇ ਬਣਾਉਣਾ। ਦੋ ਕੁੰਡੇ ਸਿੱਧੇ, ਫਿਰ ਧਾਗਾ ਇੱਧਰ, ਤਿੰਨ ਕੁੰਡੇ ਉਲਟੇ। ਪੂਰੀ ਸਿਲਾਈ ਜਿਹੜੀ ਆ ਤੀਸਰੀ ਸਿਲਾਈ ਆ ਇਸੇ ਤਰ੍ਹਾਂ ਆਪਾਂ ਬਣਾਉਂਦੇ ਜਾਣਾ। ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਏਗਾ। ਤਿੰਨ ਕੁੰਡੇ ਉਲਟੇ, ਦੋ ਕੁੰਡੇ ਸਿੱਧੇ, ਫਿਰ ਤਿੰਨ ਕੁੰਡੇ ਉਲਟੇ, ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾਵਾਂਗੇ। ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਿਲਾਈ 'ਤੇ। ਪਹਿਲਾ ਕੁੰਡਾ ਉਤਾਰ ਲਿਆ, ਅੱਠ ਸਿਲਾਈਆਂ ਦਾ ਟੋਟਲ ਇਹ ਡਿਜ਼ਾਈਨ ਆ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਇੱਕ, ਦੋ ਅਤੇ ਤਿੰਨ। ਤਿੰਨ ਕੁੰਡੇ ਸਿੱਧੇ ਬਣਾ ਲਏ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਫਿਰ ਦੋ ਕੁੰਡੇ ਉਲਟੇ, ਫਿਰ ਤਿੰਨ ਕੁੰਡੇ ਸਿੱਧੇ, ਦੋ ਕੁੰਡੇ ਉਲਟੇ, ਤਿੰਨ ਕੁੰਡੇ ਸਿੱਧੇ, ਦੋ ਕੁੰਡੇ ਉਲਟੇ, ਤਿੰਨ ਕੁੰਡੇ ਸਿੱਧੇ, ਲਾਸਟ ਵਾਲਾ ਕੁੰਡਾ ਉਲਟਾ। ਚਾਰ ਸਿਲਾਈਆਂ ਬਣ ਗਈਆਂ। ਹੁਣ ਆਪਾਂ ਆ ਗਏ ਹਾਂ ਡਿਜ਼ਾਈਨ ਦੀ ਪੰਜਵੀਂ ਸਿਲਾਈ 'ਤੇ। ਪੰਜਵੀਂ ਸਿਲਾਈ ਵੇਖੋ ਕਿਸ ਤਰ੍ਹਾਂ ਕਰਨੀ ਆ। ਪਹਿਲਾ ਕੁੰਡਾ ਉਤਾਰ ਲਵਾਂਗੇ, ਫਿਰ ਤਿੰਨ ਕੁੰਡੇ ਉਲਟੇ, ਫਿਰ ਧਾਗਾ ਪਿੱਛੇ ਕਰਾਂਗੇ। ਇਹ ਜਿਹੜੇ ਸਾਡੇ ਕੋਲ ਦੋ ਕੁੰਡੇ ਆ, ਆਪਾਂ ਇੱਕ ਤੋਂ ਦੋ ਕੁੰਡੇ ਕੀਤੇ ਸੀ, ਇਹ ਆਪਾਂ ਦੋ ਕੁੰਡਿਆਂ ਤੋਂ ਹੁਣ ਇੱਕ ਕੁੰਡਾ ਕਰ ਦੇਣਾ।
दो कुंडियां तो एक कुंडा कर देना, फिर तीन कुंडे उल्टे, फिर धागा पिछे, दो कुंडियां तो एक कुंडा, फ्रंट तो ही उणदे हुए आपां दो कुंडियां तो एक कुंडा कर देना, फिर तीन कुंडे उल्टे, फिर दो कुंडियां तो एक कुंडा। पूरी सिलाई जिहड़ी है इसे तरह ही बनाउंदे जाना। लास्ट वाला कुंडा सीधा बना देंगे। हुण आ गए हां डिजाइन की छेवीं सिलाई ते। पहला कुंडा उतार लिया, फिर धागा पिछे करांगे, तीन कुंडे सीधे बनावांगे। ये जिहड़े तीन कुंडे सीधे आ ये उल्टी साइड तो हर बार सीधे बनगे। एक कुंडा उल्टा, तीन कुंडे सीधे, डिजाइन की छेवीं सिलाई बन रही है। तीन कुंडे सीधे, एक कुंडा उल्टा, तीन कुंडे सीधे, एक कुंडा उल्टा, छे सिलाइयां बन गईयां डिजाइन दियां। हुण डिजाइन की सत्तवीं सिलाई दे विच आपां डिजाइन जिहड़ा आपां वेखो किवें चेंज करना है। इत्थे पहला कुंडा आपां उतार लवांगे। अगे आपां तीन कुंडे पहलां उल्टे बना रहे सी, हुण इत्थे की करना, सिर्फ एक कुंडा उल्टा बनाउणा है। एक कुंडा उल्टा बनाउणा है, फिर विच जाली पावांगे आपां, ते एक कुंडा सीधा। एक कुंडा उल्टा बना लिया, फिर जाली पा ली, एक कुंडा सीधा। हुण धागा अगे करांगे, तीन कुंडे उल्टे बनावांगे, एक दो ते तीन, फिर विच जाली पावांगे, फिर एक कुंडा सीधा, फिर धागा अगे करांगे, तीन कुंडे उल्टे, फिर जाली पावांगे, एक कुंडा सीधा, फिर तीन कुंडे उल्टे, एक दो ते तीन, फिर जाली पावांगे, एक कुंडा सीधा, ते लास्ट दे भी एक कुंडा उल्टा ते लास्ट वाला कुंडा सीधा। हुण आपां आ गए हां अठवीं सिलाई ते। अठवीं सिलाई च वेखो की करना, पहला कुंडा उतार लिया, फिर धागा पिछे करांगे, एक कुंडा सीधा, फिर दो कुंडे उल्टे, एक ते दो, फिर धागा पिछे करांगे, तीन कुंडे सीधे बनावांगे, तीन कुंडे सीधे, फिर दो कुंडे उल्टे, फिर तीन कुंडे सीधे, दो कुंडे उल्टे, तीन कुंडे सीधे, दो कुंडे उल्टे, एक कुंडा सीधा, ते लास्ट वाला कुंडा उल्टा। बस यही सिलाइयां असी बार बार रिपीट करते जाना है, ते डिजाइन साडा वेखो बनने तो बाद इस तरह नजर आना है। वेखो एक बार डिजाइन इस कुंडे एक ते बनना है, फिर ये सेंटर दे विच बनना, फिर वो सेंटर दे विच बनना, इसे तरह अगे तो अगे डिजाइन जिहड़ा आपां बनाउंदे जाना है, ते बहुत ही प्यारा साडा डिजाइन जिहड़ा बन के रेडी हुंदा जाना है। जेकर वीडियो पसंद आउंदी है ते वीडियो नूं लाइक जरूर करियो, जे चैनल ते पहली वारी आए हो ते सबसक्राइब कर देना। मिलदे हां फिर इसे तरह जे सौखे जे डिजाइन दे नाल अगली वीडियो दे विच। धन्नवाद।